ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਦੋਸਤੋ? ਹੋਪ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਗੇ। ਮੈਂ ਬਿਲਕੁਲ ਠੀਕ ਠਾਕ ਹਾਂ। ਮੇਰਾ ਨਾਂ ਰਣਜੋਤ ਸਿੰਘ ਹੈ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਸਿੰਘ ਵਲੌਗਸ ਤੇ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਔਰ ਤੁਹਾਨੂੰ ਜਾਣਕਾਰੀ ਦੇਵਾਂਗਾ, ਤੁਹਾਨੂੰ ਜਾਣੂ ਕਰਾਵਾਂਗਾ ਅਰਮੇਨੀਆ ਈ ਵੀਜ਼ਾ ਬਾਰੇ। ਅਰਮੇਨੀਆ ਵਾਸਤੇ ਕੀ ਡਾਕੂਮੈਂਟਸ ਲੱਗਦੇ ਨੇ, ਕੀ ਉਹਦੀ ਫੀਸ ਹੈਗੀ ਹੈ, ਅੱਜ ਮੈਂ ਤੁਹਾਨੂੰ ਉਹਦੇ ਬਾਰੇ ਕੁਛ ਇਨਫੋਰਮੇਸ਼ਨ ਦੇਵਾਂਗਾ, ਕੁਛ ਗੱਲਬਾਤ ਕਰਾਂਗਾ ਤੁਹਾਡੀ ਉਹਦੇ ਬਾਰੇ, ਤੁਹਾਨੂੰ ਦੱਸਾਂਗਾ ਉਹਦੇ ਬਾਰੇ। ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕੋ ਰਿਕੁਐਸਟ ਹੈ, ਅਗਰ ਵੀਡੀਓ ਚੰਗੀ ਲੱਗੇ ਤੇ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰ ਦੇਣਾ ਭਰਾ ਦੇ ਚੈਨਲ ਨੂੰ ਔਰ ਸਪੋਰਟ ਕਰਨਾ ਭਰਾ ਨੂੰ। ਥੈਂਕ ਯੂ ਸੋ ਮੱਚ ਹੈ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ, ਥੈਂਕ ਯੂ ਸੋ ਮੱਚ ਸਾਰਿਆਂ ਦਾ। ਤੇ ਵੀਡੀਓ ਨੂੰ ਸਟਾਰਟ ਕਰ ਰਹੇ ਹਾਂ, ਵੀਡੀਓ ਸਟਾਰਟ। ਦੋਸਤੋ, ਹੁਣ ਮੈਂ ਤੁਹਾਨੂੰ ਦੱਸਣਾ ਕਿ ਤੁਹਾਨੂੰ ਕੀ ਚਾਹੀਦਾ ਅਰਮੇਨੀਆ ਦੇ ਈ ਵੀਜ਼ਾ ਬਾਰੇ, ਈ ਵੀਜ਼ਾ ਵਾਸਤੇ ਅਗਰ ਤੁਸੀਂ ਈ ਵੀਜ਼ਾ ਅਪਲਾਈ ਕਰਨਾ ਹੈ ਅਰਮੇਨੀਆ ਦਾ। ਦੋਸਤੋ, ਫਿਲਹਾਲ ਜਿਹੜਾ ਹੈਗਾ ਡਾਇਰੈਕਟ ਫਲਾਈਟਸ ਨਹੀਂ ਆ ਰਹੀਆਂ ਨੇਗੀਆਂ ਅਰਮੇਨੀਆ ਦੀਆਂ। ਅਤੇ ਤੁਸੀਂ ਜੇ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਸੀਂ ਪਹਿਲਾਂ ਵੇਹ ਦੇਖ ਲਿਓ ਕਿ ਤੁਹਾਨੂੰ ਕਨੈਕਟਿੰਗ ਫਲਾਈਟ ਕਿੱਥੋਂ ਮਿਲਦੀਆਂ ਪਈਆਂ ਨੇ। ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਫਲਾਈਟ ਟਿਕਟ ਚੈੱਕ ਕਰ ਲਿਓ। ਅਤੇ ਜਿਹੜੀ ਤੁਹਾਨੂੰ ਫਲਾਈਟ ਟਿਕਟ ਮਿਲੇਗੀ ਉਹ ਏਅਰ ਅਰੇਬੀਆ ਔਰ ਫਲਾਈ ਦੁਬਈ, ਆਪਾਂ UAE ਹੋ ਕੇ ਹੀ ਜਾ ਸਕਦੇ ਹਾਂ ਉੱਥੇ। ਫਿਲਹਾਲ ਹਾਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਹੈ ਕਿ ਬਈ ਅਸੀਂ ਸਿਰਫ ਕਨੈਕਟਿੰਗ ਫਲਾਈਟ ਨਾਲ ਹੀ ਜਿਹੜਾ ਆਪਣਾ ਅਸੀਂ ਅਰਮੇਨੀਆ ਜਾ ਸਕਦੇ ਹਾਂ, ਜਾਂ ਫਿਰ ਅਸੀਂ ਰਸ਼ੀਆ ਤੋਂ ਜਾਂ ਫਿਰ ਟਰਕੀ ਤੋਂ ਵੀ ਜਾ ਸਕਦੇ ਹਾਂ। ਹੁਣ ਮੈਂ ਤੁਹਾਨੂੰ ਦੱਸਣਾ ਕਿ ਤੁਹਾਨੂੰ ਈ ਵੀਜ਼ਾ ਵਾਸਤੇ ਚਾਹੀਦਾ ਕੀ ਹੈ। ਦੋਸਤੋ, ਤੁਹਾਡਾ ਜਿਹੜਾ ਪਾਸਪੋਰਟ ਹੈ ਉਹਦੀ ਫਰੰਟ ਔਰ ਬੈਕ ਦੀ ਸਕੈਨ ਕਾਪੀ ਚਾਹੀਦੀ ਹੈ, ਕਲਰਡ। ਤੁਹਾਡਾ ਫੋਟੋ ਚਾਹੀਦਾ 35-45 ਦਾ, ਕਲਰਡ ਮੈਟ ਫਿਨਿਸ਼ 'ਤੇ ਔਰ ਵਾਈਟ ਬੈਕਗਰਾਉਂਡ। ਨੋਰਮਲੀ ਉਹੀ ਡਾਕੂਮੈਂਟਸ ਹੁੰਦੇ ਨੇ, ਇਹ ਤਾਂ ਹੈ। ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਦੋਸਤੋ ਤੁਹਾਡਾ ਹੋਟਲ ਬੁਕਿੰਗ। ਹੋਟਲ ਬੁਕਿੰਗ ਜਿਹੜੀ ਹੈ ਤੁਸੀਂ ਕਨਫਰਮ ਕਰਵਾਓ। ਮੈਂ ਸਾਰੇ ਕਹਿੰਦੇ ਨੇ ਕਿ ਵੀ ਤੁਸੀਂ ਜਿਹੜਾ ਪੇ ਆਫ ਪ੍ਰੋਪਰਟੀ ਕਰ ਸਕਦੇ ਹੋ, ਜ਼ਰੂਰ ਕਰ ਸਕਦੇ ਹੋ, ਵੈਲ ਐਂਡ ਗੁੱਡ ਹੈਗਾ। ਬਟ ਮੈਂ ਚਾਹਾਂਗਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੰਟਰੀਆਂ ਦਾ ਵੀਜ਼ਾ ਅਪਲਾਈ ਕਰਦੇ ਹੋ ਨਾ, ਤਾਂ ਤੁਸੀਂ ਹੋਟਲ ਕਨਫਰਮੇਸ਼ਨ ਕਰਾ ਕੇ ਚੱਲਿਆ ਕਰੋ। ਹੋਟਲ ਕਨਫਰਮੇਸ਼ਨ, ਫਿਰ ਤੁਹਾਨੂੰ ਚਾਹੀਦਾ ਦੋਸਤੋ ਤੁਹਾਡਾ ਇੰਸ਼ੋਰੈਂਸ। ਇੰਸ਼ੋਰੈਂਸ ਸੇਮ ਹੈ ਸਰ, $50,000 ਔਰ €30,000 ਦੇ ਅਕੋਰਡਿੰਗ ਤੁਹਾਡਾ ਇੰਸ਼ੋਰੈਂਸ ਹੋਣਾ ਚਾਹੀਦਾ। ਤੁਹਾਡਾ ਹੋਟਲ ਬੁਕਿੰਗਸ ਹੋ ਗਈਆਂ, ਤੁਹਾਡਾ ਇੰਸ਼ੋਰੈਂਸ ਹੋ ਗਿਆ, ਤੁਹਾਡੇ ਰਿਟਰਨ ਟਿਕਟ ਚਾਹੀਦੀਆਂ ਨੇ ਦੋਸਤੋ, ਮਤਲਬ ਕਿ ਤੁਹਾਡਾ ਆਉਣਾ ਔਰ ਜਾਣ ਦੀ ਤੁਹਾਡੀ ਟਿਕਟ ਚਾਹੀਦੀ ਹੈ। ਇੰਨੇ ਕੁ ਫਿਲਹਾਲ ਡਾਕੂਮੈਂਟ ਚਾਹੀਦੇ ਨੇ, ਬਾਕੀ ਜਿਹੜੇ ਅਦਰ ਡਾਕੂਮੈਂਟਸ ਹੈਗੇ ਨੇ ਉਹਦੇ ਵਿੱਚ ਤੁਹਾਡਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਚਾਹੀਦਾ ਹੈ ਜਾਂ ਤੁਸੀਂ ਉੱਥੇ ਜਾਓਗੇ ਤੁਹਾਨੂੰ, ਇਹ ਵੀ ਬਹੁਤ ਜ਼ਰੂਰੀ ਹੈਗਾ ਵੈਕਸੀਨੇਸ਼ਨ ਸਰਟੀਫਿਕੇਟ ਜਿਹੜਾ ਹੈਗਾ। ਔਰ ਜਿਹੜਾ ਵੈਕਸੀਨੇਸ਼ਨ ਸਰਟੀਫਿਕੇਟ ਹੈ ਤੁਸੀਂ ਆਪਣੇ ਪਾਸਪੋਰਟ ਨੂੰ ਉਹਦੇ ਨਾਲ ਲਿੰਕ ਕਰ ਲਓ। ਮੈਂ ਇਹਦੇ 'ਤੇ ਵੀ ਇੱਕ ਵੀਡੀਓ ਬਣਾਇਆ ਕਿ ਤੁਸੀਂ ਕਿਸ ਤਰ੍ਹਾਂ ਈਜ਼ੀਲੀ ਵਿਦ ਇਨ ਅ 2 or 3 minutes ਆਪਣੇ ਪਾਸਪੋਰਟ ਨੂੰ ਆਪਣੇ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਕਿਵੇਂ ਲਿੰਕ ਕਰ ਸਕਦੇ ਹੋ। ਦੋਸਤੋ, ਅਗਰ ਉਹ ਦੇਖਣਾ ਹੋਇਆ ਇੱਥੇ ਜਾਂ ਇੱਥੇ ਈ ਬਟਨ ਆ ਰਿਹਾ ਹੈਗਾ, ਤੁਸੀਂ ਉੱਥੇ ਵੀ ਉਹਨੂੰ ਜਾ ਕੇ ਚੈੱਕ ਕਰ ਸਕਦੇ ਹੋ ਔਰ ਉਹਨੂੰ ਆਪਣੇ ਜਿਹੜਾ ਵੈਕਸੀਨੇਸ਼ਨ ਸਰਟੀਫਿਕੇਟ ਹੈ ਉਹਨੂੰ ਆਪਣੇ ਪਾਸਪੋਰਟ ਨਾਲ ਲਿੰਕ ਕਰ ਲਓ। ਇਹ ਅੱਗੇ ਵਾਸਤੇ ਬਹੁਤ ਹੀ ਅੱਛਾ ਹੋ ਜਾਏਗਾ ਤੁਹਾਡੇ ਵਾਸਤੇ, ਤੁਹਾਨੂੰ ਜਿਹੜੇ ਦੋਨੋਂ ਸਰਟੀਫਿਕੇਟ ਨਹੀਂ ਚੁੱਕ ਕੇ ਲੈ ਕੇ ਜਾਣੇ ਪੈਣੇ ਔਰ ਤੁਹਾਨੂੰ ਆਪਣੇ ਹੋਰ ਜਿਹੜੇ ਡਾਕੂਮੈਂਟਸ ਨੇ ਆਧਾਰ ਕਾਰਡ ਵਗੈਰਾ ਉਹ ਨਹੀਂ ਚੁੱਕ ਕੇ ਲੈ ਕੇ ਜਾਣੇ ਪੈਣੇ, ਤੁਸੀਂ ਆਪਣੇ ਪਾਸਪੋਰਟ ਨੂੰ ਆਪਣੇ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਨ ਤੋਂ ਬਾਅਦ। ਇੰਨੇ ਕੁ ਡਾਕੂਮੈਂਟਸ ਨੇ ਔਰ ਹੁਣ ਮੈਂ ਤੁਹਾਨੂੰ ਦੱਸਣਾ ਦੋਸਤੋ ਕਿ ਇਹਦੀ ਫੀਸ ਕਿੰਨੀ ਹੈ। ਦੋਸਤੋ, ਸਿਰਫ $6 ਫੀਸ ਹੈ, 21 ਦਿਨਾਂ ਦਾ ਤੁਹਾਡਾ ਵੀਜ਼ਾ ਲੱਗਦਾ ਹੈ ਔਰ ਜਿਹੜਾ 3 ਮਹੀਨੇ ਤੱਕ ਵੈਲਿਡ ਰਹਿੰਦਾ ਹੈ। $6 ਦੇ ਵਿੱਚ ਤੁਹਾਨੂੰ 21 ਦਿਨ ਦਾ ਜਿਹੜਾ ਵਿਜ਼ਿਟਰ ਵੀਜ਼ਾ ਦਿੰਦਾ ਅਰਮੇਨੀਆ ਔਰ $31 ਦੇ ਵਿੱਚ 120 ਦਿਨ ਦਾ ਵਿਜ਼ਿਟਰ ਵੀਜ਼ਾ ਦਿੰਦਾ ਤੁਹਾਨੂੰ ਅਰਮੇਨੀਆ। ਦੋਸਤੋ, ਸਿਰਫ ਇੰਨੀ ਕੁ ਹੈ, ਕੋਈ ਖਾਸ ਫੀਸ ਨਹੀਂ ਹੈਗੀ, ਤੁਸੀਂ ਖੁਦ ਬਾ ਖੁਦ ਇਹਨੂੰ ਅਪਲਾਈ ਕਰ ਸਕਦੇ ਹੋ। ਬਹੁਤ ਈਜ਼ੀ ਵੀ ਹੈਗਾ ਇਹਨੂੰ ਅਪਲਾਈ ਕਰਨ ਦਾ, ਤੁਹਾਨੂੰ ਉਹਦੇ ਵਾਸਤੇ ਹੋਟਲ ਬੁਕਿੰਗਸ ਔਰ ਇਹ ਜਿਹੜੀਆਂ ਚੀਜ਼ਾਂ ਨੇ ਕਨਫਰਮ ਲਗਾਉਣੀਆਂ ਪੈਣੀਆਂ। ਡਮੀ ਟਿਕਟਸ ਲਗਾ ਸਕਦੇ ਹੋ ਤੁਸੀਂ ਪਲੇਨਸ ਦੀਆਂ ਅਗਰ ਤੁਸੀਂ ਈ ਵੀਜ਼ਾ ਅਪਲਾਈ ਕਰ ਰਹੇ ਹੋ ਤੇ। ਬੈਂਕ ਬੈਲੈਂਸ, ਬੈਂਕ ਸਟੇਟਮੈਂਟ ਵੀ ਚਾਹੀਦੀ ਹੋਏਗੀ ਦੋਸਤੋ ਤੁਹਾਨੂੰ। ਹੁਣ ਬੈਂਕ ਸਟੇਟਮੈਂਟ ਕਿੰਨੀ ਕੁ ਹੋਣੀ ਚਾਹੀਦੀ ਹੈ, ਕਿੰਨੀ ਕੁ ਹੋਣੀ ਚਾਹੀਦੀ? ਕਰੀਬਨ 1.5 ਤੋਂ 2 ਲੱਖ ਰੁਪਏ ਦੇ ਵਿੱਚ ਤੁਹਾਡੇ ਜਿਹੜਾ ਹੈਗਾ ਇਹਦੇ ਵਿੱਚ ਪਿਆ ਹੋਣਾ ਚਾਹੀਦਾ ਹੈਗਾ ਬੈਂਕ ਸਟੇਟਮੈਂਟ ਦੇ ਵਿੱਚ। 3 ਮਹੀਨੇ ਦਾ ਜਿਹੜਾ ਬੈਂਕ ਸਟੇਟਮੈਂਟ ਚਾਹੀਦਾ ਔਰ ਉਹ ਜਿਹੜੀ ਸੀਲ ਔਰ ਸਟੈਂਪ ਫਰੋਮ ਬੈਂਕ, ਤੁਸੀਂ ਉਹਨੂੰ ਬੈਂਕ ਤੋਂ ਉਹਦੇ ਉੱਤੇ ਸਟੀਲ ਔਰ ਸਟੈਂਪ ਕਰਾ ਕੇ ਉਹਦੇ 'ਤੇ ਸਾਈਨ ਹੋਣੇ ਬਹੁਤ ਜ਼ਰੂਰੀ ਨੇ। ਦੋਸਤੋ, ਇੰਨੇ ਕੋਈ ਡਾਕੂਮੈਂਟ ਚਾਹੀਦੇ ਸੀ ਅਰਮੇਨੀਆ ਦੇ ਈ ਵੀਜ਼ਾ ਵਾਸਤੇ। ਬਹੁਤ ਈਜ਼ੀ ਪ੍ਰੋਸੈਸ ਹੈਗਾ, ਤੁਸੀਂ ਖੁਦ ਬਾ ਖੁਦ ਉਹਨੂੰ ਅਪਲਾਈ ਕਰ ਸਕਦੇ ਹੋ। ਅਗਰ ਅਸੀਂ $6 ਨੂੰ ਕਨਵਰਟ ਕਰਾਂਗੇ, ਫਿਲਹਾਲ ਜਿਹੜਾ ਹੈਗਾ 75 ਰੁਪਏ ਜਾਂ 76 ਰੁਪਏ ਦਾ ਡਾਲਰ ਚੱਲ ਰਿਹਾ ਹੈਗਾ ਦੋਸਤੋ, ਕਰੀਬਨ 550 ਰੁਪਏ ਦੇ ਆਸ ਪਾਸ ਤੁਹਾਡਾ ਹੈ ਜਿਹੜਾ ਈ ਵੀਜ਼ਾ ਖੁਦ ਬ ਖੁਦ ਅਪਲਾਈ ਹੋ ਜਾਂਦਾ। ਬਹੁਤ ਈਜ਼ੀ ਹੈਗਾ, ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ। ਇੰਨੀ ਕੋਈ ਵੀਡੀਓ, ਹੋਪ ਤੁਹਾਨੂੰ ਵੀਡੀਓ ਚੰਗਾ ਲੱਗਾ ਹੋਇਆ। ਵੀਡੀਓ ਚੰਗਾ ਲੱਗਾ ਹੈ ਤਾਂ ਦੋਸਤੋ ਲਾਈਕ, ਸ਼ੇਅਰ ਐਂਡ ਕਮੈਂਟ ਕਰ ਦਿਆ ਕਰੋ। ਇੰਸਟਾਗ੍ਰਾਮ ਦੀ ਆਈ ਡੀ ਥੱਲੇ ਆ ਰਹੀ ਹੋਏਗੀ, ਫੋਲੋ ਕਰ ਲੈਣਾ ਦੋਸਤ ਨੂੰ। ਰੱਬ ਰੱਖਾ, ਸ਼ੱਬਾ ਖੈਰ, ਫਿਰ ਮਿਲਦੇ ਹਾਂ।